ਜੀ ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦਾ ਆਉਣ ਲਈ। ਅਤੇ ਜਿਵੇਂ ਤੁਸੀਂ ਟ੍ਰੇਲਰ ਦੇਖੇ ਹੈ, ਸੋ ਉਸੇ ਤਰੀਕੇ ਦਾ ਹੀ ਸ਼ੋਅ ਹੈ ਕਿ ਬਹੁਤਾ ਜ਼ਿਆਦਾ ਕਿਸੇ ਚੀਜ਼ ਨੂੰ ਪਿੰਚ ਨਹੀਂ ਕੀਤਾ ਗਿਆ ਜਾਂ ਕਿਸੇ ਆਰਟਿਸਟ ਦੇ ਉਸ ਪਾਰਟ ਨੂੰ ਨਹੀਂ ਛੇੜਿਆ ਗਿਆ ਕਿ ਕੋਈ ਕੰਟਰੋਵਰਸ਼ਲ ਪਾਰਟ ਹੋਵੇ ਜਾਂ, ਕਿਉਂਕਿ ਆਰਟਿਸਟ ਕੋਈ ਵੀ ਬੰਦਾ, ਮਤਲਬ ਮੇਰਾ ਇਹ ਮੰਨਣਾ ਹੈ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਆਰਟਿਸਟ ਹੈ ਉਹ ਐਵੇਂ ਹੀ ਨਹੀਂ ਬਣ ਜਾਂਦਾ, ਉਹਦੇ ਪਿੱਛੇ ਬਹੁਤ ਮਿਹਨਤ ਹੁੰਦੀ ਹੈ ਔਰ ਕਿਤੇ ਨਾ ਕਿਤੇ ਉਸ ਇਨਸਾਨ ਦੀ ਓਨੈਸਟੀ ਕੁਛ ਤਾਂ ਉਹਦੇ 'ਚ ਇੱਕ ਐਸੀ ਗੱਲ ਹੁੰਦੀ ਹੈ, ਅੱਛਾਈ ਕਹਿ ਸਕਦੇ ਹਾਂ, ਜਿਹਨੂੰ ਆਪਾਂ ਜਿਹਦੇ ਕਰਕੇ ਉਹ ਉੱਥੇ ਪਹੁੰਚਦਾ, ਉਸ ਮੁਕਾਮ 'ਤੇ ਆਉਂਦਾ ਹੈ। ਤਾਂ ਮੈਨੂੰ ਲੱਗਦਾ ਕਿ ਉਹਦੀ ਉਹ ਜਿਹੜੀ ਟਰੂਨੈਸ ਹੈ ਉਹ, ਇੰਨਾ ਸਾਰਾ ਅਸੀਂ ਕੰਮ ਕਰਦੇ ਹਾਂ, ਇੰਨੇ ਉਹ ਕਰੈਕਟਰ ਪਲੇ ਕਰਦਾ ਹੈ, ਇੰਨੀਆਂ ਜਗ੍ਹਾ 'ਤੇ ਜਾਂਦਾ ਹੈ, ਕੁਛ ਗਲਤੀਆਂ ਵੀ ਹੁੰਦੀਆਂ, ਤਾਂ ਉਹਦੀ ਇੱਕ ਇਮੇਜ ਹੋਰ ਹੀ ਬਣ ਜਾਂਦੀ ਹੈ। ਸੋ ਕਈ ਆਰਟਿਸਟ ਉਸ ਇਮੇਜ ਨੂੰ ਕੈਰੀ ਕਰਨ ਲੱਗ ਜਾਂਦੇ ਆ। ਤਾਂ ਇੱਕ ਜਿਹੜੀ ਉਹਨਾਂ ਦੀ ਟਰੂਨੈਸ ਹੈ, ਜਿਹਨੂੰ ਜਿੱਥੋਂ ਉਹ ਚੱਲਿਆ ਸੀਗਾ ਅਤੇ ਜਿੱਥੇ ਉਹ ਅੱਜ ਪਹੁੰਚਿਆ ਹੈ, ਉਹਦੀ ਜਿਹੜੀ ਜਰਨੀ ਹੈ, ਤਾਂ ਸਾਨੂੰ ਉਹ ਲੱਗਦਾ ਸੀਗਾ ਕਿ ਉਹ ਬਹੁਤ ਇੰਸਪਾਇਰਿੰਗ ਹੋ ਸਕਦੀ ਹੈ ਸਾਡੇ ਪੰਜਾਬ ਦੇ ਯੂਥ ਲਈ। ਅਤੇ ਅਸੀਂ ਸਿਰਫ ਉਸੇ ਪਾਰਟ ਨੂੰ ਹੀ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਸ਼ੋਅ ਦੇ ਵਿੱਚ, ਕਿ ਉਹ ਇੱਕ ਇੰਸਪਾਇਰਿੰਗ ਹੋਵੇ, ਉਹ ਇੱਕ ਮੋਟੀਵੇਟਿੰਗ ਲੱਗੇ ਔਰ ਲੱਗੇ ਕਿ ਜਿਹੜਾ ਬੰਦਾ ਇੱਥੇ ਬੈਠਾ ਹੈ ਉਹ ਐਵੇਂ ਨਹੀਂ ਬੈਠਾ, ਉਹਦਾ ਤੁੱਕਾ ਨਹੀਂ ਲੱਗਿਆ, ਹਰ ਬੰਦੇ ਦੀ ਜਰਨੀ, ਉਹਨੂੰ 8-8, 10-10 ਸਾਲ ਲੱਗੇ ਉੱਥੇ ਪਹੁੰਚਣ 'ਚ, ਔਰ ਕਿਤੇ ਨਾ ਕਿਤੇ ਉਹਦੇ ਮੋਸਟ ਆਫ ਦੇ ਆਰਟਿਸਟ ਦੇ, ਜੋ ਚੀਜ਼ ਅਸੀਂ ਸ਼ੋਅ ਦੇ ਵਿੱਚ ਦੇਖੀ ਕਿ ਬਚਪਨ ਤੋਂ ਉਹਨਾਂ ਦੇ ਅੰਦਰ ਉਹ ਇੱਕ ਸੀਡ ਸੀਗਾ ਕਿ ਮੈਂ ਕਲਾਕਾਰ ਬਣਨਾ। ਸੋ ਉਹ ਸੀਡ ਕਿੱਥੋਂ ਆਉਂਦਾ ਹੈ, ਉਹ ਕੁਛ ਤਾਂ ਉਹਦੀ ਜਰਨੀ ਹੈ, ਉਹ ਐਵੇਂ ਨਹੀਂ ਬਣ ਜਾਂਦਾ। ਤਾਂ ਉਹਨੂੰ ਜਾਂ ਤਾਂ ਕੋਈ ਐਨਰਜੀ ਹੈ ਜਾਂ ਉਹਨੂੰ ਰੱਬ ਕਹਿ ਲਓ ਤੁਸੀਂ, ਹੈ ਨਾ, ਜੋ ਵੀ ਕਿਸੇ ਚੀਜ਼ ਦੀ ਤਾਂ ਉਹਦੇ ਪਿੱਛੇ ਪਾਵਰ ਹੈ ਜਾਂ ਕਿਸੇ ਚੀਜ਼ ਦੀ ਤਾਂ ਉਹਦੇ ਉੱਤੇ ਮਿਹਰ ਹੈ ਜੋ ਇੱਥੋਂ ਤੱਕ ਉਹ ਆਇਆ। ਸੋ ਬਸ ਉਹੀ ਉਹਦੀ ਲਾਈਫ ਦਾ ਉਹ ਪੋਜ਼ਿਟਿਵ ਪਾਰਟ ਅਸੀਂ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਤਾਂ 13 ਤਰੀਕ ਨੂੰ 7 ਵਜੇ ਨੀਰੂ ਮੈਮ ਨਾਲ ਸਟਾਰਟ ਹੋ ਰਿਹਾ ਸ਼ੋਅ, ਅਤੇ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ। ਨਹੀਂ, ਕਿਉਂਕਿ ਵੈਸਾ ਤਾਂ ਕਿਸੇ ਨਾਲ ਨਹੀਂ ਲੱਗਿਆ, ਕਿਉਂਕਿ ਇੰਨੇ ਚਿਰ ਤੋਂ ਕੰਮ ਕਰਦੇ ਹਾਂ, ਜਾਣਦੇ ਹਾਂ, ਹੈ ਨਾ। ਬਟ ਬਹੁਤ ਸਾਰੀਆਂ, ਜਿਵੇਂ ਸਾਰਿਆਂ ਦੀਆਂ, ਕਿਤੇ ਨਾ ਕਿਤੇ ਜਦੋਂ ਤੁਸੀਂ ਕੰਮ ਕਰਦੇ ਹੋ, ਉਹੀ ਗੱਲ ਕਿ ਸਾਡੀ ਲਾਈਨ 'ਚ ਕੰਪੀਟੀਸ਼ਨ ਇੰਨਾ ਹੈ ਨਾ, ਰੇਸ ਇੰਨੀ ਹੈ ਕਿ ਹਰ ਫਿਲਮ ਤੋਂ ਬਾਅਦ ਨਵੇਂ ਟੀਮ ਆ ਜਾਂਦੀ ਹੈ, ਨਵੇਂ ਲੋਕ ਆ ਜਾਂਦੇ ਆ, ਤੁਹਾਡੇ ਪੁਰਾਣੇ ਸਾਥੀ ਛੁੱਟ ਜਾਂਦੇ ਆ। ਸੋ ਮੈਂ ਜਦੋਂ, ਜਿਵੇਂ ਜਿਵੇਂ ਐਪੀਸੋਡ ਹੋ ਰਹੇ ਸੀ, ਜਿਹੜਾ ਜਿਹੜਾ ਬੰਦਾ ਆ ਕੇ ਸਾਹਮਣੇ ਬਹਿੰਦਾ ਸੀਗਾ, ਤਾਂ ਮੈਨੂੰ ਉਹਦੇ ਨਾਲ ਆਪਣਾ ਉਹ ਕਨੈਕਸ਼ਨ ਦੁਬਾਰਾ ਰੀਕਾਲ ਹੋ ਰਿਹਾ ਸੀ, ਦੁਬਾਰਾ ਉਹ ਫੀਲ ਹੋ ਰਿਹਾ ਸੀਗਾ। ਔਰ ਇਹ ਲੱਗਦਾ ਸੀਗਾ ਕਿ ਯਾਰ ਕੋਈ ਵੀ ਇਨਸਾਨ ਬੁਰਾ ਨਹੀਂ ਹੁੰਦਾ, ਹੈ ਨਾ, ਆਰਟਿਸਟ ਕਦੇ ਬੁਰਾ ਨਹੀਂ ਹੁੰਦਾ, ਹਾਲਾਤ ਬੁਰੇ ਹੁੰਦੇ ਆ, ਸਰਕਮਸਟੈਂਸ ਹੁੰਦੇ ਆ, ਕਿ ਪ੍ਰੈਸ਼ਰ ਹੁੰਦਾ ਆਪਣੇ ਆਪ ਨੂੰ ਪ੍ਰੂਵ ਕਰਨਾ, ਹਰ ਇੱਕ ਫਲੋਪ ਫਿਲਮ ਨਾਲ ਡਰ ਆ ਜਾਂਦਾ ਕੈਰੀਅਰ ਦਾ। ਕਿਤੇ ਨਾ ਕਿਤੇ ਭੱਜ ਨੱਚ ਸਾਰੇ ਲੱਗੇ ਹੋਏ ਆ, ਬਟ ਓਨੈਸਟਲੀ ਅੰਦਰੋਂ ਸਾਰੇ ਓਨੇ ਹੀ ਪਿਓਰ ਹੈ, ਓਨੇ ਹੀ ਸੋਫਟ ਹੈ। ਸੋ ਉਹ ਚੀਜ਼ ਸਾਰਿਆਂ ਦੀ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ। ਕਿਤੇ ਨਾ ਕਿਤੇ ਹਰ ਬੰਦਾ ਇੱਥੇ ਬਹਿ ਕੇ ਓਪਨ ਅਪ ਹੋ ਰਿਹਾ ਸੀਗਾ ਔਰ ਆਪਣੀ ਉਹ ਸਾਈਡ ਖੁੱਲ੍ਹ ਕੇ ਸਾਹਮਣੇ ਰੱਖ ਰਿਹਾ ਸੀ, ਜੋ ਕਿੰਨੇ ਕਿੰਨੇ ਇੰਟਰਵਿਊ 'ਚ ਕਿੰਨੇ ਸਾਲਾਂ ਤੋਂ ਮੈਂ ਦੇਖ ਰਿਹਾ ਕਿ ਲੁਕਾਈ ਹੋਈ ਹੈ ਉਹਨਾਂ ਨੇ। ਸੋ ਉਹ ਚੀਜ਼ ਬੜੀ ਵਧੀਆ ਲੱਗੀ। ਜਦੋਂ ਕਿਸੇ ਨੇ ਐਜ਼ ਅ ਰਾਈਟਰ ਬਣਨਾ ਹੋਵੇ ਨਾ, ਉਹ ਰਾਈਟਰ ਵਧੀਆ ਵਧੀਆ ਬੁੱਕਸ ਪੜ੍ਹਦਾ ਹੈ, ਐਕਟਰ ਬਣਨਾ, ਐਕਟਿੰਗ ਦੇਖਦਾ, ਤੁਸੀਂ ਵੀ ਕਿਸੇ ਐਕਟਰ ਦੀਆਂ ਦੇਖਿਆ ਇੰਟਰਵਿਊ ਕੋਈ ਤਾਂ ਲੈਵਲ ਦਾ ਨਵਾਂ ਐਕਸਪੀਰੀਅੰਸ ਹੈ? ਹਾਂ, ਨਹੀਂ, ਮੈਨੂੰ ਐਕਚੁਅਲੀ ਇੰਟਰਵਿਊ ਦੇਖਣਾ ਬਹੁਤ ਜ਼ਿਆਦਾ ਵਧੀਆ ਲੱਗਦਾ, ਬਟ ਸੌਰਵ ਸਰ ਲੱਲਣ ਟੌਪ ਵਾਲੇ, ਹੈ ਨਾ, ਉਹ ਮੇਰੇ ਫੇਵਰੇਟ ਹੈ ਅਤੇ ਉਹਨਾਂ ਦਾ ਸ਼ੋਅ ਮੈਂ ਬਹੁਤ ਦੇਖਦਾ। ਇੱਕ
ਗੈਸਟ ਕੋਈ ਵੀ ਹੋਵੇ ਮੈਟਰ ਨਹੀਂ ਕਰਦਾ, ਬਟ ਉਹ ਹੋਸਟ ਕਰਕੇ ਮੈਂ ਉਹ ਸ਼ੋਅ ਦੇਖਦਾ। ਅਤੇ ਹਾਂ ਮੈਂ ਉਹ ਦੇਖੇ, ਬਟ ਅਨੁਪਮ ਖੇਰ ਸਰ ਦਾ ਸ਼ੋਅ ਵੀ ਦੇਖਿਆ, ਬਟ ਐਸਾ ਕੁਛ ਕਿਉਂਕਿ ਬਹੁਤ ਛੇਤੀ ਛੇਤੀ ਹੋਇਆ, ਉੱਧਰੋਂ ਫਿਲਮ ਰਿਲੀਜ਼ ਸੀ, ਉੱਧਰੋਂ ਸਾਡਾ ਸ਼ੂਟ ਆ ਗਿਆ, ਤਾਂ ਮੈਨੂੰ ਸੀਗਾ ਕਿ ਮੈਂ ਬਹੁਤ ਪ੍ਰਿਪਰੇਸ਼ਨ ਨਾਲ ਕਰੂੰਗਾ ਇਹ ਸ਼ੋਅ ਜਦੋਂ ਵੀ ਕਰੂੰਗਾ, ਬਟ ਸਰਕਮਸਟੈਂਸ ਇਹੋ ਜਿਹੇ ਬਣੇ ਕਿ ਬਹੁਤ ਜ਼ਿਆਦਾ ਪ੍ਰਿਪੇਅਰ ਨਹੀਂ ਕਰ ਪਾਇਆ, ਸੋ ਜੋ ਜਿੰਨਾ ਕੁ ਸੀਗਾ, ਬਟ ਮੈਂ ਵੈਸੇ ਮੈਨੂੰ ਸੌਰਵ ਸਰ ਬਹੁਤ ਪਸੰਦ ਹੈ। ਨਹੀਂ ਉਹੀ ਚੱਕਰ ਹੈ ਕਿਉਂਕਿ ਨਾ ਇਨਸਾਨ ਹੈ ਹਰ ਬੰਦਾ, ਹੈ ਨਾ, ਉਹ ਤੋਂ ਗਲਤੀ ਹੁੰਦੀ ਹੈ, ਔਰ ਕਈ ਵਾਰੀ ਗਲਤੀ ਓਡੀ ਵੱਡੀ ਹੁੰਦੀ ਨਹੀਂ ਗੀ ਜਿੱਡਾ ਉਹਦਾ ਪਰਸੈਪਸ਼ਨ ਬਣ ਜਾਂਦਾ। ਸੋ ਉਹਦਾ ਇੰਨੇ ਸਾਲਾਂ ਦਾ ਕੰਟਰੀਬਿਊਸ਼ਨ, ਔਰ ਕੋਈ ਬੰਦਾ ਉਹ ਕੀ ਕਹਿ ਰਿਹਾ ਉਹ ਸੁਣ ਕੇ ਰਾਜੀ ਨਹੀਂ, ਹੈ ਨਾ, ਜਿਵੇਂ ਮਾਨ ਸਾਹਿਬ ਦੀ ਜੋ ਇੱਕ ਉਹਨਾਂ ਦੀ ਕੰਟਰੋਵਰਸੀ ਹੋਈ ਸੀਗੀ। ਸੋ ਮੈਨੂੰ ਲੱਗਦਾ ਕਿ ਯਾਰ ਜਿਹੜੇ ਬੰਦੇ ਨੇ ਪੂਰੀ ਜ਼ਿੰਦਗੀ ਆਪਣੀ ਲੈਂਗੁਏਜ ਨੂੰ ਦਿੱਤੀ ਹੈ, ਔਰ ਤੁਸੀਂ ਉਹ 'ਤੇ ਕੁਐਸਚਨ ਚੱਕ ਰਹੇ ਹੋ ਕਿ ਇਹ ਪੰਜਾਬੀ ਦਾ ਗੱਦਾਰ ਹੈ, ਔਰ ਉਹਨੂੰ ਕੁਛ ਬੰਦਿਆਂ ਨੇ ਆਪਣੇ ਫਾਇਦੇ ਲਈ ਉਹਨਾਂ ਨੂੰ ਆਪਣੇ ਹਿਸਾਬ ਨਾਲ ਤੋੜ ਮਰੋੜ ਕੇ ਇੱਕ ਜਾਲ 'ਚ ਫਸਾਇਆ, ਔਰ ਉਹਨੂੰ ਇਸ ਤਰੀਕੇ ਨਾਲ ਪ੍ਰਮੋਟ ਕੀਤਾ, ਔਰ ਸਾਰੀ ਦੁਨੀਆ ਕਿਵੇਂ ਉਹਨਾਂ ਦੇ ਖਿਲਾਫ ਹੋ ਗਈ। ਸੋ ਮੈਨੂੰ ਉਹ ਲੱਗਦਾ ਕਿ ਉਹ ਸੱਚ ਜਿਹੜਾ ਉਹਨਾਂ ਦਾ 35 ਸਾਲ 40 ਸਾਲ ਦਾ ਜਿਹੜਾ ਕੈਰੀਅਰ ਹੈ ਉਹ ਸੱਚ ਅਸੀਂ ਨਹੀਂ ਦੇਖ ਰਹੇ, ਅਸੀਂ ਉਹ 5 ਮਿੰਟ ਦੀ ਜਿਹੜੀ ਚੀਜ਼ ਕ੍ਰੀਏਟ ਕੀਤੀ ਹੈ। ਔਰ ਮੈਂ ਆਰਟਿਸਟਾਂ ਨਾਲ ਕਿਉਂਕਿ ਰੋਜ਼ ਉੱਠਦਾ ਪੈਂਦਾ, ਮੈਂ ਉਹਨਾਂ ਨਾਲ ਕੰਮ ਕਰਦਾ, ਤਾਂ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਸੋ ਕਈ ਵਾਰੀ ਕੀ ਹੁੰਦਾ ਕਿ ਲੋਕ ਆਪਣੀ ਪਰਸਨਲ ਦੁਸ਼ਮਣੀ ਕੱਢਣ ਲਈ ਉਹਨਾਂ ਨੂੰ ਟਾਰਗੇਟ ਕਰਦੇ ਆ, ਹੈ ਨਾ, ਔਰ ਉਹਨਾਂ ਦੀ ਫੈਮਿਲੀ ਕਿੰਨੀ ਸਫ਼ਰ ਕਰਦੀ ਹੈ ਅਤੇ ਕਿੰਨਾ ਉਹਨਾਂ ਦਾ ਕੰਮ ਸਫ਼ਰ ਕਰਦਾ। ਸੋ ਮੈਨੂੰ ਸੀਗਾ ਕਿ ਯਾਰ ਉਹ ਆਲਰੇਡੀ ਉਹ ਇੱਕ ਪਾਰਟ ਹੈਗਾ ਜੋ ਹਰ ਬੰਦਾ ਉਹ ਤੋਂ ਦੁਖੀ, ਔਰ ਕਿਤੇ ਨਾ ਕਿਤੇ ਜੇ 10 ਕੰਟਰੋਵਰਸੀਆਂ ਇੱਕ ਆਰਟਿਸਟ ਦੀ ਲਾਈਫ ਹੁੰਦੀਆਂ ਤਾਂ ਇੱਕ ਉਹਦੀ ਗਲਤੀ ਹੁੰਦੀ ਹੈ, 9 ਕ੍ਰੀਏਟ ਕੀਤੀਆਂ ਹੁੰਦੀਆਂ। ਤਾਂ ਮੈਨੂੰ ਸੀਗਾ ਕਿ ਉਹ ਤਾਂ ਆਲਰੇਡੀ ਇੰਨਾ ਉਹਨਾਂ ਨੂੰ ਅਸੀਂ ਢੋਲ ਵਜਾ ਕੇ ਜਾਂ ਲੋਕ ਉਸ ਤਰੀਕੇ ਨਾਲ ਪੋਰਟਰੇ ਕਰਦੇ ਆ, ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਕਰਦੇ ਆ, ਬਟ ਜਿਹੜਾ ਬੰਦਾ ਇੱਥੇ ਬੈਠਾ ਉਹ ਐਵੇਂ ਨਹੀਂ ਬੈਠਾ। ਲੋਕ 2 ਮਿੰਟ 'ਚ ਉਹਨਾਂ ਨੂੰ ਗਾਲਾਂ ਕੱਢ ਦਿੰਦੇ ਆ, ਕਮੈਂਟ ਕਰ ਦਿੰਦੇ ਆ, ਪਰ ਉਹਦੀ ਜਰਨੀ 'ਚ ਇੱਕ ਬਹੁਤ ਸਿੱਖਣ ਵਾਲੀ ਗੱਲ ਹੈ। ਸੋ ਕਿਤੇ ਨਾ ਕਿਤੇ ਤੁਸੀਂ ਇੰਸਪਾਇਰ ਹੋ ਸਕਦੇ ਹੋ ਜੇ ਤੁਸੀਂ ਹਜੇ ਆਪਣੇ ਸੁਪਨੇ ਨਹੀਂ ਜੀ ਰਹੇ ਜਾਂ ਤੁਸੀਂ ਡਰ ਰਹੇ ਹੋ ਕਿਤੇ ਨਾ ਕਿਤੇ ਘਰੋਂ ਨਿਕਲਣ 'ਚੋਂ, ਹੈ ਨਾ। ਸੋ ਹਰ ਆਰਟਿਸਟ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਉਹੋ ਜਿਹਾ ਪਾਰਟ ਸੀਗਾ ਜੋ ਬਹੁਤ ਤੁਹਾਨੂੰ ਮੋਟੀਵੇਟ ਕਰ ਸਕਦਾ। ਸੋ ਅਸੀਂ ਉਸੇ 'ਤੇ ਹੀ ਕੋਸ਼ਿਸ਼ ਕੀਤੀ ਹੈ, ਲਾਈਕ ਜਿਵੇਂ ਸਾਡੀ ਇੰਡਸਟਰੀ ਨੂੰ ਐਂ ਇਸ ਤਰੀਕੇ ਨਾਲ ਪੋਰਟਰੇ ਕੀਤਾ ਜਾਂਦਾ ਕਿ ਕੁੜੀਆਂ ਲਈ ਬਹੁਤ ਔਖਾ ਹੈ ਜੀ, ਹੈ ਨਾ। ਸੋ ਉੱਥੇ ਇੱਕ ਨੀਰੂ ਮੈਮ ਵਰਗੀ ਕੁੜੀ ਆਉਂਦੀ ਹੈ ਜੋ ਇਕੱਲੀ ਆਪਣੇ ਘਰ 'ਚੋਂ ਨਿਕਲਦੀ ਹੈ ਔਰ ਐਡਾ ਵੱਡਾ ਮੁਕਾਮ ਬਣਾਉਂਦੀ ਹੈ, ਹੈ ਨਾ। ਉੱਥੇ ਸਰਗੁਣ ਸਾਡੀ ਇੰਡਸਟਰੀ ਦੀ ਵਨ ਆਫ ਦਾ ਸਭ ਤੋਂ ਵੱਡੀ ਪ੍ਰੋਡਿਊਸਰ ਬਣਦੀ ਹੈ, ਬਾਲੀਵੁੱਡ ਦੇ ਸੀਰੀਅਲਸ ਪ੍ਰੋਡਿਊਸ ਕਰ ਰਹੀ ਹੈ, ਅਤੇ ਇੱਕ ਕੁੜੀ ਕਿਵੇਂ ਉੱਥੇ ਪਹੁੰਚੀ। ਸੋ ਉਹ ਕਿੰਨੀਆਂ ਕੁੜੀਆਂ ਲਈ ਇਹ ਜਰਨੀ ਇੰਸਪਾਇਰਿੰਗ ਹੋਊਗੀ। ਤੋ ਤਾਂ ਕਰਕੇ ਅਸੀਂ ਕੰਟਰੋਵਰਸ਼ਲ ਵਾਲਾ ਪਾਰਟ ਨਹੀਂ ਛੇੜਿਆ। ਡੈਫੀਨੇਟਲੀ ਇਹ ਜ਼ਰੂਰ ਪੁੱਛਿਆ ਕਿ ਤੁਸੀਂ ਕਿਵੇਂ ਡੀਲ ਕਰਦੇ ਹੋ ਜਾਂ ਤੁਸੀਂ ਕਿਵੇਂ ਨਿਕਲਦੇ ਹੋ, ਬਟ ਉਹਨੂੰ ਕੁਰੇਦਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਉਹ ਕੀ ਹੋਇਆ ਸੀ ਜਾਂ ਉਹਦੀ ਸਫਾਈ ਦਿਓ। ਸੋ ਜ਼ਿਆਦਾਤਰ ਸਾਡਾ ਫੋਕਸ ਇਹ ਰਿਹਾ ਕਿ ਤੁਹਾਡੀ ਜਰਨੀ ਕੀ ਹੈ, ਤੁਸੀਂ ਪਹੁੰਚੇ ਕਿਵੇਂ ਇੱਥੇ। ਜਿੱਦਾਂ ਅਸੀਂ ਟੀਜ਼ਰ ਦੇਖ ਸਕਦੇ
ਫਿਲਰ ਬਹੁਤ ਸਾਰੇ ਆ ਕੇ ਜਿਹਨਾਂ ਨੂੰ ਤੁਸੀਂ ਕੰਮ ਕੀਤਾ, ਸਾਰੇ ਤਕਰੀਬਨ ਸਾਰਿਆਂ ਨੂੰ ਤੁਸੀਂ ਕੰਮ ਕੀਤਾ, ਔਰ ਤੁਸੀਂ ਪ੍ਰੋਫੈਸ਼ਨਲ ਲਾਈਫ ਦੇ ਨਾਲ ਉਹਨਾਂ ਦੀ ਪਰਸਨਲ ਗੱਲਾਂ ਵੀ ਜਾਣਦੇ ਹੋਵੋਗੇ। ਜਦੋਂ ਸ਼ੁਰੂ ਦੇ ਵਿੱਚ ਤੁਸੀਂ ਬੁਲਾਇਆ, ਉਹਨਾਂ ਨੇ ਕਿਹਾ ਜਲਦੀ ਤੇ ਤੈਨੂੰ ਪਰਸਨਲ ਚੀਜ਼ਾਂ ਜ਼ਿਆਦਾ ਪਤਾ ਹੈ, ਪੁੱਛੀ ਨਹੀਂ ਨਹੀਂ ਕਿਸੇ ਨੇ ਨਹੀਂ ਕਿਹਾ ਐਕਚੁਅਲੀ। ਵਧੀਆ ਗੱਲ ਇਹ ਸੀ ਕਿ ਸਾਰੇ ਐਕਸਾਈਟਿਡ ਸੀਗੇ, ਉਹਨਾਂ ਨੂੰ ਪਤਾ ਸੀਗਾ ਕਿ ਕਿਸ ਤਰੀਕੇ ਦੀਆਂ ਗੱਲਾਂ ਹੋਣਗੀਆਂ, ਹੈ ਨਾ। ਅਤੇ ਕਿਸੇ ਨੇ ਐਂ ਕੁਛ ਇਹੋ ਜਿਹਾ ਮਤਲਬ ਟਿਪੀਕਲੀ ਇਹ ਨਹੀਂ ਕਿਹਾ, ਨਾ ਪੁੱਛੋ ਨਾ ਪੁੱਛੋ, ਇਹ ਕਿਸੇ ਨੇ ਨਹੀਂ ਕਿਹਾ। ਬਟ ਅਸੀਂ ਆਪ ਹੀ ਉਹ ਚੀਜ਼, ਮੈਂ ਜਿਵੇਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਕਿ ਅਸੀਂ ਫੋਕਸ ਹੀ ਉਸ ਚੀਜ਼ 'ਤੇ ਰੱਖਿਆ ਜੋ ਇੰਸਪਾਇਰਿੰਗ ਹੋਵੇ। ਮੈਨੂੰ ਤਾਂ ਜਵਾਬ ਦੇਣੇ ਆਸਾਨ ਲੱਗਿਆ ਇਹ ਸ਼ੋ ਕਰਕੇ, ਕਿਉਂਕਿ ਬਹੁਤ ਔਖਾ ਹੈ ਉੱਥੇ ਬਹਿ ਕੇ ਕਿਸੇ ਬੰਦੇ ਨੂੰ ਸਵਾਲ ਪੁੱਛਣਾ, ਔਰ ਮਤਲਬ ਮੇਰੇ ਲਈ ਤਾਂ ਕਾਫੀ ਔਖਾ ਸੀਗਾ ਕਿ ਉਹਨੂੰ ਉਹ ਚੀਜ਼ ਕਰਨੀ, ਹੈ ਨਾ। ਕਿਸੇ ਨੂੰ ਤੁਸੀਂ ਸ਼ੋ ਡਲ ਵੀ ਨਹੀਂ ਹੋਣਾ ਚਾਹੀਦਾ, ਇੱਕ ਲਾਈਨ ਵੀ ਨਹੀਂ ਕ੍ਰੋਸ ਕਰਨਾ ਚਾਹੁੰਦੇ, ਤੁਸੀਂ ਐਜ਼ ਏ ਹਿਊਮਨ ਕਿਸੇ ਨੂੰ ਹਰਟ ਵੀ ਨਹੀਂ ਕਰਨਾ ਚਾਹੁੰਦੇ, ਸਟਿਲ ਤੁਸੀਂ ਆਪਣਾ ਕੰਮ ਕਰਨਾ ਹੈ। ਸੋ ਬਹੁਤ ਵੱਡੀ ਰਿਸਪੋਂਸੀਬਿਲਟੀ ਹੁੰਦੀ ਹੈ, ਤੁਹਾਡਾ ਇੱਕ ਸਵਾਲ ਕਿਸੇ ਦੀ ਪੂਰੀ ਜ਼ਿੰਦਗੀ ਖਰਾਬ ਕਰ ਸਕਦਾ ਹੈ, ਹੈ ਨਾ। ਸੋ ਬੜਾ ਰਿਸਪੋਂਸੀਬਲ ਵਾਲਾ ਜੋਬ ਲੱਗਿਆ ਮੈਨੂੰ, ਬਟ ਮੇਰੇ ਲਈ ਆਹ ਪਾਰਟ ਆਫ ਸੌਖਾ ਹੈ, ਜਵਾਬ ਦੇਣਾ, ਪੁੱਛਣਾ ਬਹੁਤ ਔਖਾ। ਨਹੀਂ ਮੈਨੂੰ ਲੱਗਦਾ ਕਿ ਡੈਫੀਨੇਟਲੀ ਨਾ ਤੁਸੀਂ ਜੇ ਹੁਣ ਨੋਟਿਸ ਕਰੋਗੇ ਤਾਂ ਅੱਜ ਦੇ ਟਾਈਮ ਬਹੁਤ ਸਾਰੇ ਜਿਹੜੇ ਲੋਕ ਵਧੀਆ ਸਵਾਲ ਪੁੱਛਦੇ ਆ, ਆਰਟਿਸਟ ਆਪ ਅਪਰੋਚ ਕਰਦਾ ਕਿ ਯਾਰ ਇਹ ਮੇਰਾ ਇੰਟਰਵਿਊ ਲਵੇ, ਹੈ ਨਾ। ਸੋ ਕਿਤੇ ਨਾ ਕਿਤੇ ਤਾਂ ਉਹ ਬੰਦਿਆਂ ਨੇ ਉਹ ਮੁਕਾਮ ਹਾਸਿਲ ਕੀਤਾ, ਕੁਛ ਤਾਂ ਉਹਨਾਂ ਦੇ ਸਵਾਲਾਂ 'ਚ ਜਾਂ ਉਹਨਾਂ ਦੀ ਥੋਟ ਪ੍ਰੋਸੈਸ ਜਾਂ ਉਹਨਾਂ ਦੇ ਰਿਸਰਚ ਵਰਕ 'ਚ ਉਹ ਗੱਲ ਹੈ। ਜਿਵੇਂ ਮੈਂ ਕਿਹਾ ਕਿ ਮੈਂ ਸੌਰਵ ਸਰ ਦਾ ਸ਼ੋ ਉਹਨਾਂ ਕਰਕੇ ਦੇਖਦਾ, ਮੈਨੂੰ ਮੈਟਰ ਨਹੀਂ ਕਰਦਾ ਗੈਸਟ ਕੌਣ ਹੈ। ਸੋ ਮੈਨੂੰ ਲੱਗਦਾ ਕਿ ਐਜ਼ ਏ ਜੋ ਮੈਂ ਕਿਹਾ ਕਿ ਉਸ ਚੇਅਰ 'ਤੇ ਬਹਿ ਕੇ ਉਹਦੀ ਰਿਸਪੋਂਸੀਬਿਲਟੀ ਤੁਸੀਂ ਬਹੁਤ ਜਾਦੂ ਕਰ ਸਕਦੇ ਹੋ, ਮਤਲਬ ਤੁਹਾਡੇ ਕੋਲ ਉਹ ਪਾਵਰ ਹੁੰਦੀ ਹੈ। ਤਾਂ ਮੈਨੂੰ ਓਨੈਸਟਲੀ ਮਤਲਬ ਹੋ ਸਕਦਾ ਕਿਸੇ ਨੂੰ ਮੈਂ ਹਰਟ ਕਰਾਂ, ਮੈਨੂੰ ਬਹੁਤ ਸਵਾਲ ਪੂਰੀ ਇੰਡਸਟਰੀ ਨੂੰ, ਮੈਨੂੰ ਲੱਗਦਾ ਕਿ ਉਹ ਇੱਕ ਪਰਟੀਕੁਲਰ ਸਵਾਲ ਤਾਂ ਬੈਨ ਕਰਨਾ ਚਾਹੀਦਾ ਵੀ ਸੈੱਟ 'ਤੇ ਕਿਹਨੇ ਸਭ ਤੋਂ ਜ਼ਿਆਦਾ ਫਨ ਕੀਤਾ ਇਹ ਕਿੱਦਾਂ, ਹੈ ਨਾ। ਸੋ ਉਹ ਜੇ ਉਹ ਆਰਟਿਸਟ ਨੂੰ ਕਿਤੇ ਨਾ ਲੋ ਕਰ ਦਿੰਦਾ, ਮਤਲਬ ਉਹਨੂੰ ਲੱਗਦਾ ਕਿ ਯਾਰ ਇਹਦਾ ਕੀ ਜਵਾਬ ਦੇਵਾਂ ਮੈਂ, ਹੈ ਨਾ। ਸੋ ਮੈਨੂੰ ਲੱਗਦਾ ਕਿ ਜੇ ਤੁਸੀਂ ਕਿਸੇ ਆਰਟਿਸਟ ਨੂੰ ਤੁਹਾਡੇ ਕੋਲ ਮੌਕਾ ਹੈ ਤਾਂ ਤੁਸੀਂ ਉਹਦੀ ਐਡੀ ਜਰਨੀ ਹੈ, ਹੈ ਨਾ, ਤਾਂ ਬਹੁਤ ਕੁਛ ਪੁੱਛ ਸਕਦੇ ਹੋ। ਤਾਂ ਕਿਤੇ ਨਾ ਕਿਤੇ ਉਹ ਹੋਮਵਰਕ ਕਰਨਾ ਚਾਹੀਦਾ, ਉਹ ਆਪਣੀ ਜੋਬ ਨੂੰ ਸੀਰੀਅਸਲੀ ਲੈਣਾ ਚਾਹੀਦਾ, ਔਰ ਤੁਹਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਜੋ ਮੀਡੀਆ 'ਚ ਵੀ ਲੋਕਾਂ ਦੀ ਟਰਾਈ ਰਹਿੰਦੀ ਹੈ ਕਿ ਯਾਰ ਵੱਡਾ ਆਰਟਿਸਟ ਮਿਲ ਜਾਏ। ਮੈਂ ਕਹਿੰਦਾ ਕਿ ਤੁਸੀਂ ਸਵਾਲ ਇਹੋ ਜਿਹੇ ਪੁੱਛੋ ਕਿ ਲੋਕ ਤੁਹਾਡੇ ਕਰਕੇ ਤੁਹਾਡਾ ਚੈਨਲ ਤੁਹਾਡਾ ਸ਼ੋਅ ਦੇਖਣ। ਸੋ ਵੱਡਾ ਬੰਦਾ ਤੁਹਾਡਾ ਕੁਛ ਨਹੀਂ ਕਰ ਸਕਦਾ, ਤੁਸੀਂ ਆਪ ਆਪਣੇ ਆਪ ਨੂੰ ਵੱਡਾ ਕਰ ਸਕਦੇ। ਨਹੀਂ ਜੋ ਤੁਸੀਂ ਇਹ ਗੱਲ ਕਹੀ ਨਾ, ਇਹ ਬਹੁਤ ਪ੍ਰੋਬਲਮੈਟਿਕ ਵੀ ਰਿਹਾ ਸਾਡੇ ਸ਼ੂਟ ਲਈ, ਅਤੇ ਮੈਨੂੰ ਮੈਂ ਮਤਲਬ ਇਹ ਸ਼ੋਅ ਮੇਰੇ ਲਈ ਲਰਨਿੰਗ ਸੀਗਾ ਟੋਟਲੀ। ਸੋ ਮਤਲਬ ਮੈਨੂੰ ਹੁਣ ਵੀ ਮੈਨੂੰ ਐਂ ਲੱਗਦਾ ਕਿ ਇਹ ਸ਼ੋਅ ਜੋ ਮੈਂ ਹੁਣੇ ਗੱਲ ਕਹੀ, ਇਹ ਸ਼ੋਅ ਗੈਸਟਾਂ ਕਰਕੇ ਚੱਲੂਗਾ, ਇਹ ਮੇਰੇ ਕਰਕੇ ਨਹੀਂ ਚੱਲੂਗਾ, ਕਿਉਂਕਿ ਮੈਂ ਓਨਾ ਵਧੀਆ ਪਰਫੋਰਮ ਨਹੀਂ ਕਰ ਪਾਇਆ, ਹੈ ਨਾ, ਮੈਂ ਓਨਾ ਆਪਣੇ ਆਪ ਨੂੰ ਪ੍ਰਿਪੇਅਰ ਨਹੀਂ ਕਰ ਪਾਇਆ। ਔਰ ਡੈਫੀਨੇਟਲੀ ਉਹ ਜਿਹੜਾ ਸ਼ਾਈਪਨ ਹੈ ਉਹ ਇੱਕ ਪ੍ਰੋਬਲਮ ਰਿਹਾ ਸਾਡੇ ਲਈ, ਕਿਉਂਕਿ ਕੈਮਰਾ ਫੇਸ ਕਰਨ ਦਾ ਓਨਾ ਐਕਸਪੀਰੀਅੰਸ ਨਹੀਂ ਹੈ, ਉਹ ਕੌਨਫੀਡੈਂਸ ਨਹੀਂ ਹੈ, ਓਨੀ ਰਿਸਰਚ ਵਰਕ ਨਹੀਂ ਹੋਇਆ ਓਨਾ। ਅਤੇ ਬਟ ਕਰਦੇ ਕਰਦੇ ਐਪੀਸੋਡ ਵਾਈਜ਼ ਸੋ ਇੱਕ ਇੰਪਰੂਵਮੈਂਟ ਰਿਹਾ, ਅਤੇ ਵਧੀਆ ਲਰਨਿੰਗ ਐਕਸਪੀਰੀਅੰਸ ਸੀ ਮੇਰੇ ਲਈ। ਕਿਸੇ ਵੀ ਕਨਵਰਸੇਸ਼ਨ ਲਈ ਆਰ ਐਂਡ ਡੀ
ਰਿਸਰਚ ਤੋਂ ਲੱਗਦਾ ਹੈ ਕਿ ਨਹੀਂ ਜ਼ਰੂਰੀ ਇਹਦੇ ਨਾਲ ਫਰਕ ਪੈਂਦਾ? ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਬਹੁਤ ਜ਼ਿਆਦਾ। ਸੋ ਜਿੰਨਾ ਤੁਸੀਂ ਤੁਹਾਡਾ ਰਿਸਰਚ ਜਿੰਨਾ ਸਟਰੋਂਗ ਹੋਊਗਾ ਨਾ, ਤੁਹਾਡਾ ਕੰਟੈਂਟ ਉਨਾ ਜ਼ਿਆਦਾ ਵਧੀਆ ਹੋਊਗਾ, ਕਿਉਂਕਿ ਸਾਹਮਣੇ ਬੈਠੇ ਆਰਟਿਸਟ ਨੂੰ ਜਦੋਂ ਤੁਸੀਂ ਕੋਈ ਐਸੀ ਗੱਲ ਪੁੱਛੋਗੇ ਜਿਹੜੀ ਉਹਨੇ ਬਹੁਤ ਚਿਰ ਤੋਂ ਨਹੀਂ ਕਰੀ ਜਾਂ ਆਪ ਹੀ ਨਹੀਂ ਯਾਦ, ਸੋ ਉਹ ਮਤਲਬ ਇੱਕ ਤਰੀਕੇ ਦਾ ਜਾਦੂ ਹੈ। ਤੁਸੀਂ ਉਦੋਂ ਜਾਦੂਗਰ ਹੋ, ਤੁਸੀਂ ਜੇ ਉਹਨੂੰ ਫਸਾ ਲਿਆ ਜਾਂ ਉਹਨੂੰ ਖੋਲ੍ਹ ਲਿਆ, ਸੋ ਫਿਰ ਉਹ ਤੁਹਾਨੂੰ ਬਹੁਤ ਸਾਰਾ ਕੰਟੈਂਟ ਦੇ ਸਕਦਾ। ਬਟ ਜਦੋਂ ਜਿਹੜੇ ਉਹ ਚਾਲੂ ਜਿਹੇ ਸਵਾਲ ਹੁੰਦੇ ਆ ਉਹ ਸ਼ੀਲਡ ਬਣਨੀ ਸ਼ੁਰੂ ਹੋ ਜਾਂਦੀ ਹੈ ਕਿ ਫਿਰ ਉਹ ਆਪ ਹੀ ਉਹਨੂੰ ਹੁੰਦਾ ਕਿ ਆਹ ਬੋਲਾਂ, ਦੋ ਚਾਰ ਸਵਾਲ ਹੋਏ ਨਹੀਂ ਫਿਰ ਉਹ ਪੂਰਾ ਡਲ ਐਪੀਸੋਡ ਜਾਂਦਾ ਹੈ। ਸੋ ਮੈਨੂੰ ਲੱਗਦਾ ਕਿ ਉਹ ਬਹੁਤ ਜ਼ਰੂਰੀ ਹੁੰਦਾ ਕਿ ਤੁਸੀਂ ਇੱਕ ਆਰਟਿਸਟ ਨੂੰ ਕੰਫਰਟ ਕਰੋ ਔਰ ਉਹਦੇ ਉਹ ਪਾਰਟ ਨੂੰ ਛੇੜੋ ਜਾਂ ਉਸ ਉਹ ਜਿਹਾ ਕੰਮ ਕੱਢ ਕੇ ਲਿਆਓ ਜਿਹੜਾ ਉਹ ਗੱਲ ਕਰਨਾ ਚਾਹਵੇ, ਜਿਹਦੇ ਬਾਰੇ ਉਹ ਦੱਸਣਾ ਚਾਹਵੇ, ਜੋ ਤੁਸੀਂ ਉਹਨੂੰ ਯਾਦ ਕਰਾਓ ਉਹਦੀ ਲਾਈਫ ਦਾ ਪਾਰਟ। ਅਤੇ ਰਿਸਰਚ ਬਹੁਤ ਜ਼ਰੂਰੀ ਹੈ ਜੀ। ਥੈਂਕ ਯੂ, ਥੈਂਕ ਯੂ। ਕਿਉਂਕਿ ਮੈਂ ਹੁਣ ਉਹੀ ਗੱਲ ਕਹਿੰਦਾ ਕਿ ਉਹ ਇੰਨਾ ਜ਼ਿਆਦਾ ਉਹ 'ਚ ਕਰਪਸ਼ਨ ਹੋ ਗਿਆ ਕਿ ਹੁਣ ਉਹ ਮੈਟਰ ਹੀ ਨਹੀਂ ਕਰਦੇ। ਹੁਣ ਆਡੀਅੰਸ ਨੂੰ ਲੱਗਦਾ ਕੁਛ ਚੈਨਲ ਐਸੇ ਹੈ, ਮਤਲਬ ਮੈਂ ਆਪ ਇਹ ਨੋਟਿਸ ਕੀਤਾ ਕਿ ਹਜੇ ਫਿਲਮ ਦਾ ਸ਼ੋਅ ਨਹੀਂ ਹੋਇਆ ਹੁੰਦਾ ਉਹ ਪਾ ਦਿੰਦੇ, ਕਿਉਂਕਿ ਕਿਸੇ ਪਿਛਲੀ ਫਿਲਮ ਦੇ ਚੱਕ ਕੇ ਉਹ 'ਚ ਦੇਖਦੇ, ਜੇ 'ਚ ਨਾਮ ਨਹੀਂ ਲਿਆ ਪਾ ਦਿਉ। ਸੋ ਲੋਕਾਂ ਨੂੰ ਉਹ ਚੀਜ਼ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਕਰਕੇ ਉਹ ਸਮਝ ਆਉਣ ਲੱਗ ਗਈ, ਸੋ ਉਸ ਚੀਜ਼ ਨੂੰ ਸੀਰੀਅਸਲੀ ਨਹੀਂ ਲਿਆ ਜਾਂਦਾ, ਤਾਂ ਉਹ ਬਹੁਤ ਮਾੜੀ ਚੀਜ਼ ਹੈ ਇੱਕ ਮੀਡੀਆ ਲਈ, ਮਤਲਬ ਤੁਹਾਡੇ ਸਾਰਿਆਂ ਲਈ ਇਹ ਬਹੁਤ ਨੁਕਸਾਨਦਾਇਕ ਹੈ ਕਿ ਤੁਹਾਡੀ ਆਵਾਜ਼ ਫੇਕ ਹੋਣ ਲੱਗ ਗਈ। ਤਾਂ ਮੈਨੂੰ ਲੱਗਦਾ ਕਿ ਰਿਵਿਊ ਵਾਲਾ ਪਾਰਟ ਤਾਂ ਫਿਲਮ ਮੇਕਰ ਨੂੰ ਵੀ ਸਮਝਣਾ ਚਾਹੀਦਾ ਕਿ ਯਾਰ ਇਹ ਇੱਕ ਰਿਲੇਸ਼ਨ ਹੈ ਔਰ ਇਹਨੂੰ ਓਨੈਸਟੀ ਨਾਲ ਹੀ ਅਸੀਂ ਜੇ ਕਰੀਏ ਤਾਂ ਵਧੀਆ, ਮਤਲਬ ਪਤਾ ਤਾਂ ਲੱਗੇ ਕਿ ਕੀ ਸਹੀ ਹੋ ਰਿਹਾ ਕੀ ਗਲਤ ਹੋ ਰਿਹਾ, ਹੈ ਨਾ। ਔਰ ਇਹ ਤੁਹਾਡੇ ਪੁਆਇੰਟ 'ਤੇ ਵੀ ਚਾਹੀਦਾ ਕਿ ਤੁਸੀਂ ਫਿਲਮ ਦੇਖੋ ਔਰ ਉਹਨੂੰ ਰਾਈਟਲੀ ਜੱਜ ਕਰੋ, ਹੈ ਨਾ। ਕਈ ਕਈ ਫਿਲਮਾਂ 'ਚ ਕੁਛ ਵੀ ਲਿਖਤਾ ਜਾਂਦਾ ਹੈ ਨਾ, ਲਿਖਣ ਵਾਲਿਆਂ ਦੀ ਵੀ ਗਲਤੀ ਹੈ ਕਿ ਰਿਵਿਊ ਦੇ ਨਾਮ 'ਤੇ ਉਹਨਾਂ ਨੂੰ ਆਪ ਹੀ ਉਹ ਟਰਮ ਨਹੀਂ ਪਤਾ ਹੁੰਦੇ, ਮਤਲਬ ਸਕ੍ਰੀਨ ਪਲੇ ਕੀ ਹੈ। ਮੈਨੂੰ ਲੱਗਦਾ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ, ਤਾਂ ਉਹ ਲਿਖ ਦੇਣਗੇ ਜੀ ਸਕ੍ਰੀਨ ਪਲੇ ਦੀ ਗਲਤੀ, ਐਡੀਟਰ ਦੀ ਗਲਤੀ ਹੈ। ਸੋ ਉਹ ਪ੍ਰੋਬਲਮੈਟਿਕ, ਉਹ ਨੌਲੇਜ ਹੋਣਾ ਔਰ ਉਹਨੂੰ ਓਨੈਸਟੀ ਨਾਲ ਲਿਖਣਾ, ਮਤਲਬ ਵੀ ਮੈਨੂੰ ਲੱਗਦਾ ਕਿ ਛੋਟੀ ਜਿਹੀ ਸਾਡੀ ਇੰਡਸਟਰੀ ਹੈ ਤਾਂ ਇਹ ਇੰਨੇ ਕੁ ਲਈ ਸਾਰਿਆਂ ਨੂੰ ਓਪਨ ਹੋਣਾ ਚਾਹੀਦਾ ਕਿ ਯਾਰ ਜੇ ਕੋਈ ਰਿਵਿਊ ਆਉਂਦਾ ਤਾਂ ਤੁਸੀਂ ਗਾਲਾਂ ਕੱਢਣ ਨਾ ਬਹਿ ਜਾਓ ਜਾਂ ਫੋਨ ਕਰਾਉਣ ਨਾ ਬਹਿ ਜਾਓ ਜੀ ਇਹ ਡਿਲੀਟ ਕਰੋ ਇਹ ਕਰੋ ਉਹ ਕਰੋ, ਹੈ ਨਾ। ਤੁਸੀਂ ਉਹਨੂੰ ਦੇਖੋ, ਤੁਹਾਨੂੰ ਸਮਝ ਆਉਂਦਾ ਕਿ ਹਾਂ ਯਾਰ ਉਹਦਾ ਹੱਕ ਹੈ, ਉਹਨਾਂ ਨੇ ਰਿਵਿਊ ਕਰਨਾ। ਜੇ ਕੁਛ ਤੁਹਾਨੂੰ ਸਮਝ ਆਉਂਦਾ ਕਿ ਹਾਂ ਆਹ ਚੰਗੀ ਚੀਜ਼ ਉਹਨਾਂ ਨੇ ਕੈਡਰ ਕੀਤੀ ਹੈ ਤਾਂ ਉੱਤੇ ਧਿਆਨ ਦਿਉ, ਬਟ ਉਹ ਓਨੈਸਟੀ ਬਹੁਤ ਜ਼ਰੂਰੀ ਹੈ। ਕਦੇ ਹੁੰਦੀ ਸੀਗੀ ਕਾਫੀ ਸਾਰੇ, ਕਿਉਂਕਿ ਬਿਲੀਵ ਹੁੰਦਾ ਸੀ ਕਿ ਯਾਰ ਇਹ ਬੰਦਾ ਸੱਚ ਹੀ ਲਿਖੂਗਾ,
ਤੇ ਵਧੀਆ ਲੱਗਦਾ ਸੀਗਾ ਉਹ, ਹੁਣ ਉਹ ਟੂ ਮੱਚ ਖਰਾਬ ਹੋ ਗਿਆ ਕੰਮ। ਤੇ ਪਿਟਾਰਾ ਚੈਨਲ ਤੇ ਹਰ ਸੈਟਰਡੇ ਸ਼ਾਮ 7 ਵਜੇ ਸ਼ੋਅ ਆਊਗਾ, ਸੋ ਵੀਕਲੀ ਫਿਰ ਰਿਪੀਟ ਟੈਲੀਕਾਸਟ ਵੀ ਹੋਣਗੇ। ਹਰ ਐਪੀਸੋਡ ਦੇ ਵਿੱਚ ਇੱਕ ਨਵਾਂ ਗੈਸਟ ਆਊਗਾ ਔਰ ਉਹਨਾਂ ਦੀ ਜਰਨੀ ਕੀ ਇੰਸਪਾਇਰਿੰਗ ਹੈ, ਉਹ ਸਟਾਰ ਐਡੇ ਵੱਡੇ ਅਹੁਦੇ 'ਤੇ ਕਿਵੇਂ ਪਹੁੰਚਿਆ, ਸੋ ਉਹ ਤੁਹਾਨੂੰ ਉਹ ਦੇਖਣ ਨੂੰ ਮਿਲੂਗਾ। ਅਤੇ ਤੁਸੀਂ ਪਲੀਜ਼ ਦੇਖੋ, ਪਹਿਲਾ ਐਪੀਸੋਡ ਨੀਰੂ ਮੈਮ ਨਾਲ ਹੈ ਅਤੇ 13 ਤਰੀਕ ਨੂੰ ਸ਼ਾਮ 7 ਵਜੇ ਪਿਟਾਰਾ ਚੈਨਲ 'ਤੇ ਸ਼ੋਅ ਆ ਰਿਹਾ। ਅਤੇ ਪਲੀਜ਼ ਦੇਖੋ ਜਿਵੇਂ ਵੀ ਤੁਹਾਨੂੰ ਲੱਗਦਾ ਹੈ, ਜੋ ਵੀ ਤੁਹਾਨੂੰ ਰਿਵਿਊ ਹੈ ਤੁਹਾਡੇ ਜ਼ਰੂਰ ਦੱਸਿਓ। ਥੈਂਕ ਯੂ ਸੋ ਮੱਚ।